लोहड़ी दी रात पिंड औजला विखे हुई लड़ाई का मामला गरमाउंदा ही जा रहा है। पिंड औजला विखे वड्डी गिणती विच पिंड दीआं महिलावां ते पतवंतियां जिन्हां विच अकाली आगू प्रीत औजला, साबका कांग्रेसी सरपंच जसवंत सिंह, रशपाल सिंह, परमजीत कौर, जसवीर कौर ने प्रेस वार्ता दौरान दस्सिया कि लोहड़ी दी रात पिंड दे ही रहण वाले लैंबर सिंह वल्लों बुलेट दे पटाके वजाए जा रहे सन, जिस नूं लै के लोहड़ी दी धूनी सेक रहे उन्हां दे बच्चिआं ते लैंबर सिंह विच तकरारबाजी हो गई। ਮਾਮਲਾ ਜੀ ਕੁਛ ਵੀ ਨਹੀਂ ਹੈਗਾ, ਮਾੜਾ ਜਿਹਾ ਬੱਚਿਆਂ ਦੀ ਲੜਾਈ ਹੋਈ ਸੀ ਲੈਂਬੋ ਸਿੰਘ ਨਾਲ। ਬੱਚਿਆਂ ਦੀ ਲੜਾਈ ਹੋਈ ਤੇ ਵਿੱਚ ਜਿਹੜਾ ਰਿਵੀ ਸ਼ਰਮਾ ਆ ਇਹ ਬਾਹਰੋਂ ਬੰਦੇ ਲਿਆ ਕੇ, ਜਿਹਦੀ ਮੈਂ ਇਕੱਲੀ ਚੌਂਕ 'ਚ ਖੜੀ ਸੀ, ਇਹਨੇ ਨਾਲੇ ਤਾਂ ਸਾਡੇ ਘਰ ਮਰ ਗਿਆ ਕੇ ਇੱਟਾਂ ਮਾਰੀਆਂ, ਨਾਲੇ ਗਾਲਾਂ ਕੱਢੀਆਂ, ਅਤੇ ਨਾਲੇ ਕਹਿੰਦਾ ਜਿੱਥੇ ਤੁਸੀਂ ਬਾਬਰ ਬਾੜੇ ਕੱਢੋ ਉਹਨਾਂ ਨੂੰ ਬਾਹਰ। ਠੀਕ ਆ, ਅਤੇ ਜੇ ਹੁਣ ਬਾਅਦ 'ਚ ਬੱਚੇ ਗਏ ਆ ਤਾਂ ਇਹਨੇ ਫਿਰ ਵੀ ਸੱਦ ਕੇ ਉਹ ਬੰਦੇ ਦੁਬਾਰਾ ਗੋਲੀਆਂ ਫਿਰ ਚਲਾਉਣ ਦੀ ਕੋਸ਼ਿਸ਼ ਕੀਤੀ, ਕੱਢਿਆ ਵਿੱਚੋਂ ਰੱਬ ਦਿਓ, ਅਤੇ ਫਿਰ ਉਹ ਚਲਾਇਆ ਨਹੀਂ, ਰੁਮਾਲ 'ਚ ਲਪੇਟ ਲਿਆ। ਠੀਕ ਆ, ਅਤੇ ਇਹ ਸਾਨੂੰ ਮੰਗ, ਇਹ ਮੈਂ ਇਨਸਾਫ ਮੰਗਦੀ ਹਾਂ ਵੀ ਮੇਰੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ, ਸਾਡੇ ਬੱਚਿਆਂ ਨੇ ਇਕੱਲੇ ਇਕੱਲੇ ਨੇ ਖੂਨ ਵੀ ਜਾਣਾ, ਸਾਨੂੰ ਇਹ ਤੋਂ ਖਤਰਾ ਆ। ਰਿਵਾਲਵਰ ਇਹਦੇ ਕੋਲ? ਹਾਂਜੀ। ਬਾਅਦ ਆਪਸੀ ਝਗੜੇ ਵਿੱਚ ਲੈਂਬਰ ਸਿੰਘ ਜ਼ਖਮੀ ਹੋ ਗਿਆ। ਲੈਂਬਰ ਸਿੰਘ ਦੇ ਬੁੱਲ ਉੱਪਰ ਸੱਟ ਲੱਗਣ ਕਾਰਨ ਡਾਕਟਰ ਵੱਲੋਂ ਟਾਂਕੇ ਲਗਾਉਣ ਲਈ ਉਸਦੀ ਮੁੱਛ ਕੱਟੀ ਗਈ ਸੀ, ਪਰੰਤੂ ਲੈਂਬਰ ਸਿੰਘ ਅਤੇ ਯੂਥ ਕਾਂਗਰਸ ਦੇ ਲੀਡਰ ਰੋਹਿਤ ਸ਼ਰਮਾ ਵੱਲੋਂ ਇਸ ਨੂੰ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਹੈ ਅਤੇ ਕੁਝ ਜਥੇਬੰਦੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਪਿੰਡ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ। ਸਾਡਾ ਬੱਚਾ ਐਵੇਂ ਰੋਹਿਤ ਸ਼ਰਮਾ ਵਿੱਚ ਨਾਂ ਲਿਖਾਈ ਜਾਂਦਾ, ਲੜਾਈ ਜਿਹੜੀ ਹੋਈ ਸੀ ਨਿਆਣਿਆਂ ਦੀ ਸੀ, ਮੈਂ ਸਾਬਕਾ ਸਰਪੰਚ ਹਾਂ ਜੀ, ਅਸੀਂ ਇਹਦਾ ਰਾਜੀਨਾਮਾ ਕਰਾਤਾ ਸੀ, ਹਸਪਤਾਲ ਨੂੰ ਬੰਦੇ ਨੂੰ ਲੈ ਜਾਂਦਾ ਸੀ, ਘਰ ਲੈ ਜਾਂਦਾ ਤਾਂ ਰੋਹਿਤ ਸ਼ਰਮਾ ਜਦ ਤੱਕ ਆ ਗਿਆ ਇਹਨੇ ਉਹਨਾਂ ਦੀ ਬੁੜੀਆਂ ਨੂੰ ਜਾਣੀ ਕਿ ਮੁਕਰਾਤਾ, ਕੋਈ ਲੜਾਈ ਨਹੀਂ ਸੀ, ਕੋਈ ਝਗੜਾ ਨਹੀਂ, ਬਾਅਦ 'ਚ ਰੋਹਿਤ ਸ਼ਰਮਾ ਜੋ ਕਰਦਾ ਬਾਹਰੋਂ ਬੰਦੇ ਲਿਆ ਕੇ ਲੜਾਈਆਂ ਕਰਦਾ, ਇਹ ਰੋਹਿਤ ਸ਼ਰਮਾ ਕਰਦਾ, ਇਹੀ ਆ ਜੀ ਰੋਹਿਤ ਸ਼ਰਮਾ ਜਿਹੜਾ ਪਿੰਡ 'ਚ ਮਾਹੌਲ ਖਰਾਬ ਕਰਦਾ ਸਾਡਾ, ਬਾਕੀ ਸਾਰਾ ਪਿੰਡ ਇੱਕ ਆ ਜੀ। ਨਹੀਂ ਬੇਅਦਬੀ ਕੋਈ ਨਹੀਂ ਹੋਈ ਜੀ, ਬੱਚਿਆਂ ਦੀ ਲੈਂਬਰ ਸਿੰਘ ਨਾਲ ਮਾਮੂਲੀ ਤਕਰਾਰ ਹੋਇਆ, ਉਹਦੇ ਵਿੱਚ ਬੱਚਿਆਂ ਤੋਂ ਵੱਟਾ ਲੱਗਾ, ਉਹ ਲੈਂਬਰ ਸਿੰਘ ਦੇ ਬੁੱਲ 'ਤੇ ਲੱਗਾ, ਜਿੱਦਾਂ ਉਹ ਡਾਕਟਰ ਨੇ ਟਾਂਕੇ ਲਾਉਣ ਵਾਸਤੇ ਅਤੇ ਉਹਦੇ ਬੁੱਲ ਡਾਕਟਰ ਨੇ ਜਿੱਦਾਂ ਸ਼ੇਵ ਕੀਤੀ ਉਹਦੇ, ਹਾਂਜੀ ਮੁੱਛ ਵਗੈਰਾ ਕੱਟੀ ਆ, ਬੱਚਿਆਂ ਤੋਂ ਕੋਈ ਬੇਅਦਬੀ ਨਹੀਂ ਹੋਈ। ਜਿੱਦਾਂ ਬਾਅਦ ਵਿੱਚ ਰੋਹਿਤ ਸ਼ਰਮਾ ਨੇ ਸਿੱਖ ਧਰਮ ਨੂੰ ਡੇਗਣ ਦੀ ਖਾਤਰ ਆਪਣਾ ਲਾਹਾ ਖੱਟਣ ਵਾਸਤੇ ਮੁੱਦਾ ਉਠਾ ਰਿਹਾ, ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ, ਜਿੱਦਾਂ ਸਾਨੂੰ ਇਨਸਾਫ਼ ਦਿੱਤਾ ਜਾਵੇ। ਉਹਨਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰੋਹਿਤ ਸ਼ਰਮਾ ਵੱਲੋਂ ਉਸੇ ਰਾਤ ਤੋਂ ਗੱਡੀਆਂ ਵਿੱਚੋਂ ਬਾਹਰੋਂ ਮੁੰਡੇ ਬੁਲਾ ਕੇ ਅਤੇ ਆਪਣੇ ਪਿਸਟਲ ਨਾਲ ਸਾਡੇ ਬੱਚਿਆਂ ਨਾਲ ਲੜਾਈ ਝਗੜਾ ਕਰਦੇ ਹੋਏ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਦੀ CCTV ਫੁਟੇਜ ਵੀ ਮੀਡੀਆ ਨੂੰ ਦਿੱਤੀ ਗਈ ਹੈ। ਬਿਲਗਾ ਪੁਲਿਸ ਨੇ ਰੋਹਿਤ ਅਤੇ ਉਸਦੇ ਸਾਥੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਚੋਣ ਜ਼ਾਬਤੇ ਦੌਰਾਨ ਸਾਰਿਆਂ ਦਾ ਅਸਲਾ ਪ੍ਰਸ਼ਾਸਨ ਵੱਲੋਂ ਜਮ੍ਹਾਂ ਕਰਵਾਇਆ ਜਾਂਦਾ ਹੈ। ਉਲਟਾ ਪੁਲਿਸ ਨੇ ਸਾਡੇ ਬੱਚਿਆਂ ਉੱਪਰ ਹੀ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਇਸ ਦੀ ਲਿਖਤੀ ਸ਼ਿਕਾਇਤ SSP ਜਲੰਧਰ ਦਿਹਾਤੀ ਨੂੰ ਦਿੱਤੀ ਹੈ ਅਤੇ SSP ਵੱਲੋਂ DSP ਫਿਲੌਰ ਨੂੰ ਜਾਂਚ ਲਈ ਮਾਮਲੇ ਦੀ ਫਾਈਲ ਭੇਜ ਦਿੱਤੀ ਗਈ ਹੈ। ਉਹਨਾਂ ਪੁਲਿਸ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪਹਿਲਾਂ ਉਹਨੇ ਉੱਥੇ ਬੁਲਟ ਦੇ ਪਟਾਕੇ ਵਜਾਏ ਆ ਅਤੇ ਉਸ ਤੋਂ ਬਾਅਦ ਉਹ ਡੰਡਾ ਲੈ ਕੇ ਆਇਆ, ਉਹਦੇ ਬਚਾਅ ਦੇ ਵਿੱਚ ਇੱਕ ਬੱਚੇ ਤੋਂ ਉੱਧਰ ਨੂੰ ਇੱਟ ਚੱਲੀ ਆ ਜਿਹਦੇ ਵਿੱਚ ਉਹ ਮਤਲਬ ਉਹਦੇ ਬੁੱਲ 'ਤੇ ਲੱਗੀ ਆ ਅਤੇ ਉਸ ਬੱਚੇ ਦੇ ਵੀ ਬਾਅਦ 'ਚ ਜਾਣੀ ਸੱਟਾਂ ਲੱਗੀਆਂ ਆ। ਪਰ ਇਹਨਾਂ ਧਿਰਾਂ ਦਾ ਆਪਸ 'ਚ ਮਤਲਬ ਦੋ ਜਾਣਿਆਂ ਦਾ ਸਮਝੌਤਾ ਹੋ ਗਿਆ ਅਤੇ ਬਾਕੀ ਜਿਹੜੇ ਬੱਚੇ ਸੀ ਉਹ ਨਿਰਦੋਸ਼ ਹੀ ਫਸਾਏ ਗਏ ਆ। ਉਹਨਾਂ 'ਤੇ 325 ਦੇ ਤਹਿਤ ਮੁਕੱਦਮਾ ਵੀ ਮਤਲਬ ਹੋ ਗਿਆ, ਪਰਚਾ ਵੀ ਕੱਟ ਹੋ ਗਿਆ। ਫਿਰ ਵੀ ਰੋਹਿਤ ਸ਼ਰਮਾ ਦੇ ਵੱਲੋਂ ਇਹ ਐਲੀਗੇਸ਼ਨ ਲਗਾਇਆ ਜਾ ਰਿਹਾ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਕਿਉਂਕਿ ਪੁਲਿਸ ਨੇ ਚਲੋ ਉਹਦੇ ਮਨ ਮੁਤਾਬਕ ਕਾਰਵਾਈ ਨਹੀਂ ਕੀਤੀ, ਆਪਾਂ ਇਹ ਕਹਿ ਸਕਦੇ ਹਾਂ। ਉਹਨਾਂ ਨੇ ਪੂਰੀ ਜਾਂਚ ਕਰਕੇ ਕਾਰਵਾਈ ਕੀਤੀ ਆ ਅਤੇ ਬਾਕੀ ਸਾਨੂੰ ਇਹੀ ਉਮੀਦ ਹੈ ਕਿ ਪੁਲਿਸ ਅੱਗੋਂ ਵੀ ਇਨਕੁਆਇਰੀ ਕਰਕੇ ਇਹ ਜਿਹੜੀ 325 ਦੀ ਧਾਰਾ ਲਗਾਈ ਆ ਉਹਨੂੰ ਵੀ ਕਲੀਅਰ ਕਰਨਗੇ, ਕਿਉਂਕਿ ਇਹਦੇ ਵਿੱਚ ਇੱਦਾਂ ਹੈ ਕਿ ਉਹ ਲੈਂਬਰ ਸਿੰਘ ਦੀ ਲੜਾਈ ਜਿਹੜੀ ਉਹ ਬੜੀ ਛੋਟੀ ਜਿਹੀ ਮਾਮੂਲੀ ਜਿਹੀ ਲੜਾਈ ਸੀ, ਉਸ ਤੋਂ ਬਾਅਦ 10:30 ਦੇ ਕਰੀਬ ਇਹਨੇ ਆਪਣੀ ਨਿੱਜੀ ਰੰਜਿਸ਼ ਮੁੰਡਿਆਂ ਦੇ ਨਾਲ ਕੱਢਣ ਲਈ ਬਾਹਰੋਂ ਮੁੰਡੇ ਸੱਦੇ ਆ। ਦੋ ਗੱਡੀਆਂ ਦੇ ਵਿੱਚ ਇੱਕ ਕਾਲੇ ਰੰਗ ਦੀ ਵਰਨਾ ਗੱਡੀ ਸੀ, ਇੱਕ ਫੋਰਚੂਨਰ ਗੱਡੀ ਸੀ, ਜਿਹਦੇ ਅਸੀਂ ਨੰਬਰ ਵਗੈਰਾ ਸਾਰੇ ਮੈਂਸ਼ਨ ਕੀਤੇ ਆ ਰਿਪੋਰਟ ਦੇ ਵਿੱਚ, ਔਰ SSP ਸਾਹਿਬ ਨੂੰ ਕੱਲ੍ਹ ਅਸੀਂ ਦਰਖਾਸਤ ਦਿੱਤੀ ਆ ਇਹਦੇ ਬਾਰੇ 'ਚ। ਅਤੇ ਇਹਨੇ ਬਾਹਰੋਂ ਬੰਦੇ ਸੱਦ ਕੇ ਬੱਚਿਆਂ 'ਤੇ ਹਮਲਾ ਕਰਵਾਇਆ, ਜਿਹਦੇ ਵਿੱਚ ਇੱਕ ਮੁੰਡਾ ਫੱਟੜ ਵੀ ਹੋਇਆ, ਪਰ ਬਾਅਦ ਦੇ ਵਿੱਚ ਉਸਦੇ ਪਰਿਵਾਰ ਨੇ ਇਹਦੇ ਪਰਿਵਾਰ ਦੇ ਨਾਲ ਸਮਝੌਤਾ ਕਰ ਲਿਆ, ਕਿਉਂਕਿ ਉਹਦੇ ਉੱਤੇ ਸਿਆਸੀ ਪ੍ਰੈਸ਼ਰ ਬਹੁਤ ਜ਼ਿਆਦਾ ਸੀਗਾ। ਤੋ ਇਹਦੇ ਬਾਰੇ ਸਾਡੀ ਇਹੀ ਕੰਪਲੇਨ ਆ ਕਿ ਚਾਹੇ ਅਕਾਲੀ ਗੌਰਮੈਂਟ ਆ ਚਾਹੇ ਕਾਂਗਰਸ ਗੌਰਮੈਂਟ ਆ, ਪਲੀਜ਼ ਇਹੋ ਜਿਹੇ ਅਨਸਰਾਂ ਨੂੰ ਸ਼ਹਿ ਨਾ ਦਿੱਤੀ ਜਾਵੇ। ਔਰ ਇਹਨੇ ਜਿਹੜਾ ਇਹ ਆਪਣਾ ਪਿਸਟਲ ਇਹ ਦੂਸਰੀ ਤੀਸਰੀ ਵਾਰ ਕੱਢ ਕੇ ਸਾਡੇ ਬੱਚਿਆਂ ਨੂੰ ਜਾਨੋ ਮਾਨ ਦੀਆਂ ਧਮਕੀਆਂ ਦਿੱਤੀਆਂ ਆ, ਉਹ ਜ਼ਰੂਰ ਕਾਰਵਾਈ ਕੀਤੀ ਜਾਵੇ, ਉਹਦੇ ਬਾਰੇ ਇਨਕੁਆਇਰੀ ਕੀਤੀ ਜਾਵੇ ਕਿ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਇਹ ਇਨਸਾਨ ਆਪਣੇ ਕੋਲ ਪਿਸਟਲ ਕੈਰੀ ਕਿੱਦਾਂ ਕਰ ਸਕਦਾ ਆ, ਕਿਉਂਕਿ ਇਹ ਦੂਸਰੀ ਤੀਸਰੀ ਵਾਰ ਹੋ ਚੁੱਕਾ। ਹਾਂਜੀ, CCTV ਦੀਆਂ ਸਾਡੇ ਕੋਲ ਫੁਟੇਜ ਹੈਗੀਆਂ ਆ,
और ये मतलब भज रहा या फिर ये रिवॉल्वर कट रहा है, इन्हें जिहड़े बंदे बुलाए हुए उही घूमी जांदे आ। इहदा लाइसेंस कैंसल किया जाए ते इहदे ते सख्त तो सख्त कार्रवाई की जाए। उधर रोहित शर्मा ने अपने उपर लगे दोषां नूं बेबुनियाद दसदे होए कहा कि लोहड़ी की रात इन्हां दे बच्चियां ने लैंबर सिंह नूं जख्मी किया सी, जो कि काफ़ी देर तक जख्मी हालत विच उत्थे पिया रहा। लैंबर सिंह जिहड़ा 13 तरीक नूं झगड़ा होया, की इह की वजह है जी झगड़े दी? जी गली दे विच आ के मोटरसाइकल बड़े लै के खप पाउंदे सी, उहदे च मैं कहिंदा सी ना खप पाओ तुसीं। हांजी डाके मारने गली दे विच लंघ के कि तू असीं घर इत्थे वसदे आ तुसीं खप कदे पाउंदे आ। उन्ने च ही उहनां नाल इत्थे बहुत कट्ठे होए सी तकड़े, ਬੱਚੇ 30 ਜਾਣੇ ਤਾਂ ਮੇਰੇ ਬਿਲਗੇ ਆਉਂਦੇ ਨੂੰ ਮਗਰ ਹੀ ਆ ਗਏ। ਅੱਛਾ ਜੀ ਤਾਂ ਮੋਟਰਸਾਈਕਲ ਵੀ ਮੇਰਾ ਭੰਨਿਆ, ਇੱਟਾਂ ਮਾਰੀਆਂ। ਹਾਂਜੀ ਤਾਂ ਅੰਦਰ ਬੜੇ ਬੜੇ ਦੇ ਤਖਤੇ ਭੰਨੇ। ਹਾਂਜੀ ਹਾਂਜੀ ਪਰ ਉਹ ਤਾਂ ਕਹਿੰਦੇ ਤੁਸੀਂ ਬੁਲਟ 'ਤੇ ਆਏ ਆ, ਤੁਸੀਂ ਉੱਥੇ ਪਟਾਕੇ ਮਾਰਦੇ ਸੀ? ਮੈਂ ਕੋਈ ਨਹੀਂ ਪਟਾਕਾ ਮਾਰਿਆ, ਇਹ ਚੈੱਕ ਕਰ ਸਕਦੇ ਆ। ਹਾਂਜੀ ਬੁਲਟ ਅਤੇ ਜਿਹੜੇ ਇਹ ਤੁਹਾਡੇ ਟਾਂਕੇ ਲੱਗੇ ਆ, ਹਾਂਜੀ ਇਹ ਕੋਈ ਬੇਅਦਬੀ ਵੀ ਤੁਹਾਡੀ ਕੀਤੀ ਜਾਂ ਡਾਕਟਰ ਵੱਲੋਂ ਇਹ? ਨਹੀਂ ਇਹਨਾਂ ਨੇ ਬੇਅਦਬੀ ਕੀਤੀ, ਬੇਅਦਬੀ ਕੀਤੀ ਆ ਕਿ ਸੋਨੀ ਦਾੜੀ ਦੀ। ਅੱਛਾ ਜੀ ਹਾਂਜੀ। ਲੈਂਬਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸੂਚਿਤ ਕੀਤੇ ਜਾਣ ਤੇ ਮੇਰੇ ਵੱਲੋਂ ਲੈਂਬਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਮੈਂ ਕਿਸੇ ਨੂੰ ਕੋਈ ਰਿਵੋਲਵਰ ਨਹੀਂ ਦਿਖਾਇਆ। ਇੱਥੇ ਮੈਂ ਤਾਂ ਸਾਡੇ ਘਰ ਵਿੱਚ ਹੀ ਲੋਹੜੀ ਸੀਗੀ, ਲੋਹੜੀ ਦਾ ਫੰਕਸ਼ਨ ਸੀਗਾ ਉਸ ਦਿਨ 13 ਤਰੀਕ ਨੂੰ। ਅਤੇ ਮੈਂ ਮਤਲਬ ਲੋਹੜੀ 'ਤੇ ਵੀ ਮੈਂ ਆਇਆ ਸੀਗਾ 10 ਵਜੇ ਦੇ ਕਰੀਬ, ਅਤੇ ਪਰ ਇਹ ਝਗੜਾ ਹੋਇਆ ਸੀਗਾ ਕੁਛ। ਲੈਂਬਰ ਸਿੰਘ ਜੀ ਆ ਸਾਡੇ ਬਜ਼ੁਰਗ ਆ, ਅੰਮ੍ਰਿਤਧਾਰੀ ਸਿੱਖ ਆ, ਅਤੇ ਬੜੀ ਛੋਟੇ ਹੁੰਦੇ ਤੋਂ ਸਾਡੇ ਘਰ ਆਉਣੀ ਜਾਣੀ ਦੀ ਆ ਉਹਨਾਂ ਦੇ ਨਾਲ, ਅਤੇ ਉਹਨਾਂ ਦੇ ਨਾਲ ਮਤਲਬ ਝਗੜਾ ਹੋਇਆ ਸੀ ਇਹਨਾਂ ਦਾ, ਮੁੰਡਿਆਂ ਦਾ 6:30 ਦੇ ਕਰੀਬ ਰਿਹਾ ਉਸਦਾ ਟਾਈਮ ਸੀਗਾ। ਉਦੋਂ ਸਾਰੇ ਦੱਸਦੇ ਆ ਕਿ ਉਦੋਂ ਝਗੜਾ ਹੋਇਆ ਆ, ਅਤੇ ਮੁੰਡਿਆਂ ਨੇ ਕਿਤੇ ਕੁੱਟਿਆ ਮਾਰਿਆ ਉਹਨਾਂ ਨੂੰ, ਪਤਾ ਨਹੀਂ। ਚਲੋ ਉਹ ਕਹਿੰਦੇ ਜੀ ਇਹਨਾਂ ਨੇ ਕੁਛ ਗਲਤ ਬੋਲੇ ਸੀ ਬਜ਼ੁਰਗ। ਚਲੋ ਬਜ਼ੁਰਗ ਗਲਤ ਬੋਲੇ ਵੀ ਹੋਣ, ਇਹਦਾ ਮਤਲਬ ਇਹ ਥੋੜ੍ਹੀ ਆ ਕਿ ਤੁਸੀਂ ਉਹਨਾਂ ਨੂੰ ਮਾਰੋ ਕੁੱਟੋ ਜਾਂ ਉਹਨੂੰ ਜਾਨੋ ਮਾਰ ਦਿਉ। ਚਲੋ ਇਸ ਚੀਜ਼ ਦੀ ਤਾਂ ਸਾਰੇ ਨਿੰਦਿਆ ਕਰਦੇ, ਸਾਰੇ ਪੰਚਾਇਤ ਮੈਂਬਰ ਇਸ ਚੀਜ਼ ਦੀ ਨਿੰਦਾ ਕਰਦੇ ਆ। ਮੇਰੇ ਕੋਲ ਹਰ ਬੰਦੇ ਨਾਲ ਮਿਲਿਆ, ਸਾਰੇ ਸਰਪੰਚ ਸਾਹਿਬਾਨ ਵੀ ਸਾਰੇ ਪੰਚਾਇਤ ਜਿੰਨੇ ਵੀ ਸਾਡੇ ਸੱਤ ਪੰਚਾਇਤ ਮੈਂਬਰ ਆ, ਸਾਰੇ ਨਿੰਦਾ ਕਰਦੇ ਆ ਕਿ ਬਜ਼ੁਰਗ ਨੂੰ ਤੁਸੀਂ ਕੁੱਟਿਆ ਮਾਰਿਆ, ਬੜੀ ਮਾੜੀ ਗੱਲ ਆ। ਚਲੋ ਮੈਂ ਲੜਾਈ ਦੇ ਹੱਕ ਦੇ ਵਿੱਚ ਤਾਂ ਹੈ ਨਹੀਂਗਾ। ਮੈਂ ਉਹਨਾਂ ਨੂੰ, ਮੈਨੂੰ ਆਂਟੀ ਦਾ ਫੋਨ ਆਇਆ ਉਹਨਾਂ ਦੀ ਵਾਈਫ ਦਾ ਕਿ ਇਹਨਾਂ ਦੇ ਚੋਟ ਲੱਗੀ ਆ, ਅਤੇ ਬਾਹਰ ਨਿਕਲਦੇ ਹਾਂ ਅਤੇ ਉਹ ਮਾਰਦੇ ਕੁੱਟਦੇ ਆ ਸਾਨੂੰ, ਅਤੇ ਸਾਨੂੰ ਬਾਹਰ ਨਹੀਂ ਨਿਕਲਣ ਦਿੰਦੇ, ਅਤੇ ਉਹਨਾਂ ਦੇ ਖੂਨ ਬੰਦ ਨਹੀਂ ਹੁੰਦਾ। ਅਤੇ ਅਸੀਂ, ਮੈਂ ਗਿਆ ਅਤੇ ਮੇਰੇ ਨਾਲ ਫਰੈਂਡ ਸੀਗੇ, ਅਸੀਂ ਉਹਨਾਂ ਦੇ ਘਰ ਗਏ ਅਤੇ ਉਹਨਾਂ ਨੂੰ ਚੁੱਕਿਆ ਅਤੇ ਅਸੀਂ ਹੋਸਪਿਟਲ ਚਲੇ ਗਏ। ਬਸ ਹੋਰ ਤਾਂ ਕੋਈ ਝਗੜਾ ਨਹੀਂ ਉਹਨਾਂ ਵੱਲੋਂ, ਜਿਹੜਾ ਝਗੜਾ ਹੋਇਆ ਨਾ ਸਾਡੇ ਵੱਲੋਂ ਕੋਈ ਕੰਪਲੇਂਟ ਆ ਨਾ ਕੋਈ ਕਰਨਾ ਪਿਆ ਕਿ ਤੁਸੀਂ ਉਹਦਾ ਇੰਡੀਕੇਸ਼ਨ ਉਹਨਾਂ ਰਾਜ਼ੀਨਾਮੇ ਦੇ ਕਰਕੇ ਤੁਸੀਂ ਕਿਸੇ, ਮੈਨੂੰ ਸਿਆਸੀ ਲੋਕ ਵਿੱਚ ਇਨਵੋਲਵ ਹੈਗੇ ਆ, ਮੈਨੂੰ ਵੀ ਪਤਾ ਆ ਕਿਸੇ ਸਿਆਸੀ ਲੀਡਰਸ਼ਿਪ ਦੀ ਪਿੱਛੋਂ ਦਬਾਅ ਆ, ਅਤੇ ਉਹਦੇ ਕਰਕੇ ਉਹ ਮੇਰੇ 'ਤੇ ਐਲੀਗੇਸ਼ਨ ਲਾ ਕੇ ਹੁਣ ਇਹ ਕਹਿਣਾ ਚਾਹੁੰਦੇ ਹੋਣੇ ਆ ਕਿ ਉਹਨਾਂ ਨੂੰ ਰਾਜ਼ੀਨਾਮੇ ਲਈ ਮਜਬੂਰ ਕਰਨ। ਪਰ ਇਹਦੇ ਵਿੱਚ ਇਹ ਥੋੜ੍ਹਾ ਕਿ ਤਾਂ ਕੋਈ ਜ਼ਬਰਦਸਤੀ ਹੋ ਗਈ ਆ ਕਿ ਤੁਸੀਂ ਕਿਸੇ ਨੂੰ ਪਹਿਲਾਂ ਬਜ਼ੁਰਗ ਨੂੰ ਕੁੱਟੋ, ਉਸ ਤੋਂ ਬਾਅਦ ਮੇਰੇ 'ਤੇ ਦਬਾਅ ਪਾਓ ਅਤੇ ਫਿਰ ਰਾਜ਼ੀਨਾਮੇ ਲਈ ਮਜਬੂਰ ਕਰੋ। ਕੋਈ ਰਿਵੋਲਵਰ ਵਗੈਰਾ ਅਸਲਾ ਵਗੈਰਾ ਨਹੀਂ ਸੀਗਾ ਤੁਹਾਡੇ ਤੋਂ? ਨਹੀਂ ਰਿਵਾਲਵਰ ਅਸਲਾ ਤਾਂ ਚਲੋ ਲਾਇਸੈਂਸ ਦਾ ਤਾਂ ਹਰ ਬੰਦੇ ਦੇ ਕੋਲ ਹੁੰਦਾ ਹੀ ਆ ਨਾ, ਅਤੇ ਲਾਇਸੈਂਸ ਰਿਵਾਲਵਰ ਹੋਣ ਦਾ ਕੋਈ ਮਾੜੀ ਗੱਲ ਤਾਂ ਹੈ ਨਹੀਂ ਗੀ। ਜੇਕਰ ਸਾਡੇ ਕੋਲ ਹੈਗਾ ਜਾਂ ਅਸੀਂ ਕੋਈ ਫਾਇਰ ਕੀਤੇ ਆ ਜਾਂ ਅਸੀਂ ਕੋਈ ਇੱਦਾਂ ਦਾ ਕੰਮ ਕੀਤਾ ਆ, ਇੱਦਾਂ ਦਾ ਤਾਂ ਕੁਛ ਵੀ ਨਹੀਂ ਕੀਤਾ, ਚਲੋ ਮੇਰੇ ਰੱਬ ਦੇ ਵਿੱਚ ਹੋਊਗਾ ਵੀ। ਉਹਦੇ ਨਾਲ ਇਹ ਗੱਲ ਨਹੀਂ ਹੈਗੀ ਕਿ ਮੈਂ ਕਿਸੇ 'ਤੇ ਫਾਇਰ ਕੀਤਾ ਜਾਂ ਕੁਛ ਕੀਤਾ, ਬਟ ਜਿਹੜੀ ਉਹ ਤੁਸੀਂ ਕਿਹਾ ਕਿ ਕੋਈ ਰਿਵਾਲਵਰ ਮੈਂ ਕੱਢਿਆ ਸੀਗਾ, ਕੱਢੇ ਵਾਲੀ ਤਾਂ ਕੋਈ ਗੱਲ ਨਹੀਂ ਗੀ ਕਿ ਉਹਦੇ ਵਿੱਚ ਮੇਰਾ ਫੋਨ ਸੀ, ਤੁਸੀਂ ਦੇਖ ਵੀ ਸਕਦੇ ਜੇ ਕੋਈ ਵੀਡੀਓ ਤੁਸੀਂ ਕਹਿੰਦੇ ਆ ਨਾ, ਉਹਦੇ ਵਿੱਚ ਮੇਰਾ ਫੋਨ ਆ, ਲਾਈਟ ਜਗ ਰਹੀ ਆ, ਕੋਈ ਰਿਵਾਲਵਰ ਦੇ ਵਿੱਚ ਲਾਈਟ ਤਾਂ ਜਗਦੀ ਨਹੀਂ ਹੁੰਦੀ। ਜਿੰਨੇ ਵੀ ਹੁਣ ਸਾਡੇ ਪਿੰਡ ਦੀ 1300 ਵੋਟ ਆ, 1300 ਵੋਟ ਦੇ ਵਿੱਚੋਂ ਜੇ ਤੁਹਾਨੂੰ 10-15 ਬੰਦੇ ਮਾੜਾ ਕਹਿੰਦੇ ਹੀ ਹੁੰਦੇ ਆ ਪਾਰਟੀਬਾਜ਼ੀ ਦੇ ਵਿੱਚ, ਪਰ ਉਹ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਮੈਂ ਕੁਛ ਗਲਤ ਕੀਤਾ ਆ। ਜੇ ਗਲਤ ਕੀਤਾ ਆ ਚਲੋ ਤੁਹਾਡੇ ਚੈਨਲ ਦੇ ਸਾਹਮਣੇ ਵੀ ਹੈਗਾ ਹੀ ਆ ਕਿ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਕਿ ਇਹਨਾਂ ਦੀ ਗਲਤੀਆਂ, ਅਤੇ ਮੈਂ ਉਹਦੇ ਵਿੱਚ ਕੀ ਗਲਤ ਕੀਤਾ, ਅਤੇ ਬਜ਼ੁਰਗ ਦੀ ਵੀਡੀਓ ਵੀ ਦੇ ਦੂੰਗਾ, ਅਤੇ ਉਹਨਾਂ ਨੇ ਬਜ਼ੁਰਗ ਨਾਲ ਕੀ ਗਲਤ ਕੀਤਾ ਉਹ ਤੁਹਾਡੇ ਸਾਹਮਣੇ ਆ ਜਾਊਗਾ।